ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਜਲੰਧਰ ਤੋਂ ਪੰਜਾਬ ਪੁਲਿਸ ਦੀ ਇੱਕ ਨਵੀਂ ਜਿਹੜੀ ਟੀਮ ਹੈ ਉਸ ਦੀ ਸ਼ੁਰੂਆਤ ਕੀਤੀ ਜਾਣੀ ਹੈ ਤਾਂ ਸੜਕ ਸੁਰੱਖਿਆ ਫੋਰਸ ਨੂੰ ਅੱਜ ਜੋ ਹੈ ਵਕ-ਵਕ ਸ਼ਹਿਰਾਂ ਦੀਆਂ ਵਕ-ਵਕ ਸੜਕਾਂ ਦੇ ਲਈ ਰਵਾਨਾ ਕੀਤਾ ਜਾਣਾ ਤਾਂ ਇਹ ਖਾਸ ਜਿਹੜੀਆਂ ਗੱਡੀਆਂ ਤਿਆਰ ਕੀਤੀਆਂ ਗਈਆਂ ਨੇ ਤਾਂ 144 ਅਜਈਆਂ ਜਿਹੜੀਆਂ ਗੱਡੀਆਂ ਨੇ ਉਹਨਾਂ ਨੂੰ ਅੱਜ ਮੁੱਖ ਮੰਤਰੀ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਜਾਏਗਾ ਤਾਂ ਸੜਕ ਸੁਰੱਖਿਆ ਫੋਰਸ ਦਾ ਜੋ ਬਕਾਇਦਾ ਤੌਰ ਤੇ ਲੋਕੋ ਤੁਸੀਂ ਦੇਖ ਸਕਦੇ ਹੋ ਤਾਂ ਹੁਣ ਤੱਕ ਜਿਹੜੇ ਸੜਕੀ ਹਾਸਿਆਂ ਦੇ ਵਿੱਚ ਕੀਮਤੀ ਜਾਨਾਂ ਜਾਂਦੀਆਂ ਸੀ ਉਸ ਨੂੰ ਬਚਾਉਣ ਦੇ ਮੰਤਵ ਦੇ ਨਾਲ ਇਸ ਫੋਰਸ ਦਾ ਜਿਹੜਾ ਗਠਨ ਹੈ ਉਹ ਕੀਤਾ ਗਿਆ ਔਰ ਤੁਸੀਂ ਦੇਖ ਸਕਦੇ ਹੋ ਕਿ ਐਮਰਜੈਂਸੀ ਦੇ ਲਈ ਜਿਹੜਾ ਇੱਕ ਨੰਬਰ ਹੈ ਉਹ ਵੀ ਜਾਰੀ ਕੀਤਾ ਗਿਆ 112 ਨੰਬਰ ਤੇ ਜੇਕਰ ਕਿਤੇ ਕੋਈ ਹਾਦਸਾ ਹੁੰਦਾ ਤਾਂ ਇਸ ਟੀਮ ਦੀਆਂ ਸੇਵਾਵਾਂ ਜਿਹੜੇ ਲੋਕ ਨੇ ਉਹ ਲੈ ਸਕਦੇ ਨੇ ਤਾਂ ਮੁੱਖ ਮੰਤਰੀ ਦਾ ਇਸ ਫੋਰਸ ਨੂੰ ਸ਼ੁਰੂ ਕਰਨ ਦਾ ਇੱਕੋ ਇੱਕ ਮਕਸਦ ਹੈ ਕਿ ਸੜਕੀ ਹਾਸਿਆਂ ਦੇ ਵਿੱਚ ਜਿਹੜੀਆਂ ਜਾਨਾਂ ਜਾਂਦੀਆਂ ਨੇ ਉਹਨਾਂ ਨੂੰ ਬਚਾਇਆ ਜਾਵੇ ਔਰ ਜਿਹੜੇ ਲੋਕ ਜਦੋਂ ਕੋਈ ਹਾਦਸਾ ਹੁੰਦਾ ਸੀ ਤਾਂ ਇਸ ਕਰਕੇ ਉਸ ਸ਼ਖਸ ਨੂੰ ਹਸਪਤਾਲ ਤੱਕ ਨਹੀਂ ਪਹੁੰਚਾਉਂਦੇ ਸੀ ਕਿ ਉਹਨਾਂ ਨੂੰ ਕਿਸੇ ਪੁਲਿਸ ਦੇ ਚੱਕਰਾਂ ਦੇ ਵਿੱਚ ਪੈਣਾ ਪੈ ਸਕਦਾ ਪਰ ਹੁਣ ਉਸ ਦੇ ਲਈ ਵੀ ਮੁੱਖ ਮੰਤਰੀ ਵੱਲੋਂ ਇੱਕ ਨਵੀਂ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ ਕਿ ਜੇਕਰ ਕਿਤੇ ਹਾਦਸਾ ਹੁੰਦਾ ਹੈ ਤਾਂ ਜੇਕਰ ਕੋਈ ਵੀ ਸ਼ਖਸ ਉਸ ਜ਼ਖਮੀ ਇਨਸਾਨ ਨੂੰ ਹਸਪੀਟਲ ਲੈ ਕੇ ਪਹੁੰਚਦਾ ਤਾਂ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੋਏਗੀ ਤਾਂ ਇਹ ਤੁਸੀਂ ਦੇਖ ਸਕਦੇ ਕਿ ਜਿਹੜੇ ਪੁਲਿਸ ਦੇ ਜਵਾਨ ਨੇ ਬਿਲਕੁਲ ਨਵੀਂ ਯੂਨੀਫਾਰਮ ਦੇ ਵਿੱਚ ਨਜ਼ਰ ਆ ਰਹੇ ਨੇ ਔਰ ਇਸ ਗੱਡੀ ਦੇ ਵਿੱਚ ਕਈ ਤਰ੍ਹਾਂ ਦੀਆਂ ਜਿਹੜੀਆਂ ਸੁਵਿਧਾਵਾਂ ਨੇ ਉਹ ਦਿੱਤੀਆਂ ਗਈਆਂ ਨੇ ਔਰ ਕਿ ਜੇਕਰ ਕੋਈ ਹਾਦਸੇ ਦੇ ਵਿੱਚ ਜ਼ਖਮੀ ਹੁੰਦਾ ਤਾਂ ਉਸ ਨੂੰ ਫਸਟ ਏਡ ਜੋ ਹੈ ਉਹ ਕਿਸ ਤਰੀਕੇ ਦੇ ਨਾਲ ਦਿੱਤੀ ਜਾਣੀ ਹੈ ਫਰਸਟ ایڈ ਕਿਟ ਇਸ ਦੇ ਵਿੱਚ ਮੌਜੂਦ ਹੈ ਇਸ ਤੋਂ ਇਲਾਵਾ ਜਿਹੜੀ ਟੀਮ ਸੜਕ ਦੇ ਉੱਤੇ ਡਿਊਟੀ ਦੇ ਉੱਤੇ ਤਾਇਨਾਤ ਰਹੇਗੀ ਉਸ ਦੇ ਲਈ ਭੀੜ ਦੇ ਪਾਣੀ ਦਾ ਪ੍ਰਬੰਧ ਕੀਤਾ ਗਿਆ ਔਰ ਨਾਲ ਦੀ ਨਾਲ ਜੇਕਰ ਕਿਤੇ ਕੋਈ ਭੀੜ ਹੈ ਜਾਂ ਕੋਈ ਅਨਾਉਂਸਮੈਂਟ ਕਰਨੀ ਹੈ ਤਾਂ ਉਸ ਦੇ ਲਈ ਬਕਾਇਦਾ ਤੌਰ ਤੇ ਇੱਕ ਲਾਊਡ ਸਪੀਕਰ ਜੋ ਹੈ ਉਸ ਦਾ ਵੀ ਪ੍ਰਬੰਧ ਇਸ ਗੱਡੀ ਦੇ ਵਿੱਚ ਹੋਏਗਾ ਤਾਂ ਲਗਭਗ ਜਿੰਨੀਆਂ ਵੀ ਗੱਡੀਆਂ ਅੱਜ ਇੱਥੋਂ ਰਵਾਨਾ ਹੋਣੀਆਂ ਨੇ ਸਾਰੀਆਂ ਗੱਡੀਆਂ ਦੇ ਵਿੱਚ ਇੱਕੋ ਜਿਹੀਆਂ ਜਿਹੜੀਆਂ ਸੁਵਿਧਾਵਾਂ ਨੇ ਉਹ ਦਿੱਤੀਆਂ ਗਈਆਂ ਨੇ ਔਰ ਤੁਸੀਂ ਦੇਖ ਸਕਦੇ ਹੋ ਕਿ ਕਈ ਤਰ੍ਹਾਂ ਦੇ ਜਿਹੜੇ ਰਿਫਲੈਕਟਰ ਨੇ ਜੇਕਰ ਕਿਤੇ ਹਾਦਸਾ ਹੁੰਦਾ ਤਾਂ ਸਭ ਤੋਂ ਪਹਿਲਾਂ ਉਸ ਇਲਾਕੇ ਦੇ ਵਿੱਚ ਪਹੁੰਚ ਕੇ ਜਿੱਥੇ ਇਹ ਟੀਮ ਹਾਦਸੇ ਦੇ ਵਿੱਚ ਜ਼ਖਮੀ ਜਿਹੜੇ ਲੋਕ ਹੋਣਗੇ ਉਹਨਾਂ ਨੂੰ ਬਚਾਉਣ ਦਾ ਕੰਮ ਕਰੇਗੀ ਉੱਥੇ ਹੀ ਉਸ ਹਾਦਸੇ ਕਰਕੇ ਕੋਈ ਹੋਰ ਹਾ사 ਨਾ ਵਾਪਰੇ ਉਸ ਦੇ ਲਈ ਉਸ ਇਲਾਕੇ ਨੂੰ ਕਿਸ ਤਰੀਕੇ ਦੇ ਨਾਲ ਸੀਲ ਕੀਤਾ ਜਾਣਾ ਉਸ ਦਾ ਵੀ ਪ੍ਰਬੰਧ ਹੋਏਗਾ ਤਾਂ ਤੁਸੀਂ ਦੇਖੋ ਕਿ ਬਿਲਕੁਲ ਨਵੀਂ ਇੱਕ ਯੂਨੀਫਾਰਮ ਦੇ ਵਿੱਚ ਜਿਹੜੇ ਪੁਲਿਸ ਮੁਲਾਜ਼ਮ ਨਜ਼ਰ ਆ ਰਹੇ ਨੇ ਤਾਂ ਇਹ ਸੜਕ ਸੁਰੱਖਿਆ ਫੋਰਸ ਦਾ ਹਿੱਸਾ ਹੋਣਗੇ ਸਾਰੇ ਮੁਲਾਜ਼ਮ ਤਾਂ ਅੱਜ ਜਲੰਧਰ ਦੇ ਪੀਏਪੀ ਗਰਾਊਂਡ ਤੋਂ ਜਿੱਥੇ ਇਹਨਾਂ ਗੱਡੀਆਂ ਨੂੰ ਰਵਾਨਾ ਕੀਤਾ ਜਾਣਾ ਉਸ ਦੇ ਨਾਲ ਹੀ ਐਸਐਸਐਫ ਯਾਨੀ ਕਿ ਸੜਕ ਸੁਰੱਖਿਆ ਫੋਰਸ ਦੀ ਜਿੰਨੀ ਵੀ ਸਮੁੱਚੀ ਟੀਮ ਹੈ ਉਸ ਨੂੰ ਮੁੱਖ ਮੰਤਰੀ ਵੱਲੋਂ ਸੰਬੋਧਨ ਵੀ ਕੀਤਾ ਜਾਣਾ ਔਰ ਤੁਸੀਂ ਦੇਖ ਸਕਦੇ ਹੋ ਕਿ ਫਿਲਹਾਲ ਇਹਨਾਂ ਗੱਡੀਆਂ ਦੀ ਜਿਹੜੀ ਚੈਕਿੰਗ ਹੈ ਉਹ ਕੀਤੀ ਜਾ ਰਹੀ ਹੈ ਕਿਉਂਕਿ ਸੁਰੱਖਿਆ ਦੇ لحاظ ਦੇ ਨਾਲ ਜਦੋਂ ਵੀ ਮੁੱਖ ਮੰਤਰੀ ਜਾਂ ਕੋਈ ਵੀ ਵੀਆਈਪੀ ਪਹੁੰਚਦੇ ਨੇ ਤਾਂ ਇਸ ਤਰੀਕੇ ਦੇ ਨਾਲ ਸੁਰੱਖਿਆ ਦੇ ਜਿਹੜੇ ਪ੍ਰਬੰਧ ਨੇ ਉਹ ਕੀਤੇ ਜਾਂਦੇ ਨੇ ਪਰ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਨਵੀਆਂ ਜਿਹੜੀਆਂ ਇਹ ਗੱਡੀਆਂ ਨੇ ਜਿਨ੍ਹਾਂ ਨੂੰ ਖਾਸ ਤੌਰ ਤੇ ਸੜਕ ਸੁਰੱਖਿਆ ਫੋਰਸ ਦੇ ਲਈ ਤਿਆਰ ਕੀਤਾ ਗਿਆ ਤਾਂ ਉਹ ਅੱਜ ਇੱਥੋਂ ਰਵਾਨਾ ਹੋਣੀਆਂ ਨੇ ਤਾਂ ਹੁਣ ਜਿੱਥੇ ਵੀ ਪੰਜਾਬ ਦੇ ਵਿੱਚ ਕੋਈ ਵੀ ਚਾਹੇ ਨੈਸ਼ਨਲ ਹਾਈਵੇ ਹੈ ਜਾਂ ਹੋਰ ਜਿਹੜੀਆਂ ਮੁੱਖ ਮਾਰਗ ਨੇ ਤਾਂ ਉਹਨਾਂ ਸੜਕਾਂ ਦੇ ਉੱਤੇ ਹੁਣ ਸੜਕ ਸੁਰੱਖਿਆ ਪੋਸਟ ਦੀਆਂ ਇਹ ਗੱਡੀਆਂ ਜਿਹੜੀਆਂ ਨੇ ਉਹ ਤੁਹਾਨੂੰ ਨਜ਼ਰ ਆਉਣਗੀਆਂ ਔਰ ਇਹਨਾਂ ਦੀ ਜਿਹੜੀ ਮਦਦ ਹੈ ਜਾਂ ਇਹਨਾਂ ਦੀ ਜਿਹੜੀ ਸੇਵਾ ਜੋ ਡਿਊਟੀ ਲਗਾਈ ਗਈ ਹੈ ਉਸ ਨੂੰ ਜੋ ਹੈ ਜੇਕਰ ਕਿਸੇ ਨੇ ਕੋਈ ਤੱਕ ਜਾਣਕਾਰੀ ਪਹੁੰਚਾਉਣੀ ਹੈ ਤਾਂ 112 ਨੰਬਰ ਜਿਹੜਾ ਐਮਰਜੈਂਸੀ ਦੇ ਵਿੱਚ ਡਾਇਲ ਕਰਕੇ ਸੜਕ ਸੁਰੱਖਿਆ ਫੋਰਸ ਤੱਕ ਪਹੁੰਚ ਜਿਹੜੀ ਆ ਉਹ ਕੀਤੀ ਜਾ ਸਕਦੀ ਹੈ ਤਾਂ ਮੁੱਖ ਮਕਸਦ ਇਸ ਫੋਰਸ ਨੂੰ ਬਣਾਉਣਾ ਦਾ ਇਹੀ ਹੈ ਕਿ ਹਰ ਸਾਲ ਸੜਕੀ ਹਾਸਿਆਂ ਦੇ ਵਿੱਚ ਕਈ ਕੀਮਤੀ ਜਾਨਾਂ ਜਾਂਦੀਆਂ ਨੇ ਜਿਹੜੀਆਂ ਕਿ ਇਸ ਕਰਕੇ ਨਹੀਂ ਬਚਾਈਆਂ ਜਾ ਸਕਦੀਆਂ ਇੱਕ ਤਾਂ ਉਹਨਾਂ ਨੂੰ ਸਹੀ ਸਮੇਂ ਤੇ ਜਿਹੜਾ ਇਲਾਜ ਹੈ ਉਹ ਨਹੀਂ ਮਿਲਦਾ ਤਾਂ ਉਸ ਕਰਕੇ ਹੁਣ ਇਹ ਜਿਹੜੀ ਸੜਕ ਸੁਰੱਖਿਆ ਫੋਰਸ ਹੈ ਸਭ ਤੋਂ ਪਹਿਲਾਂ ਜਿੱਥੇ ਵੀ ਕੋਈ ਹਾਦਸਾ ਵਾਪਰਦਾ ਹੈ ਜਿੱਥੇ ਕੋਈ ਜਾਣਕਾਰੀ ਇਹਨਾਂ ਨੂੰ ਮਿਲਦੀ ਹੈ ਤਾਂ ਪੁਲਿਸ ਦੀ ਜਿਹੜੀ ਟੀਮ ਹੈ ਤੁਰੰਤ ਉੱਥੇ ਪਹੁੰਚੇਗੀ ਔਰ ਹਾਸੇ ਦੇ ਵਿੱਚ ਜ਼ਖਮੀ ਲੋਕਾਂ ਦੀ ਜਿਹੜੀ ਜਾਨ ਬਚਾਉਣ ਦਾ ਸਭ ਤੋਂ ਜਿਹੜਾ ਮੇਨ ਕੰਮ ਹੈ ਉਹ ਇਸ ਫੋਰਸ ਦਾ ਹੋਏਗਾ ਤਾਂ ਅੱਜ ਇਸ ਰਸਮੀ ਸ਼ੁਰੂਆਤ ਹੋਣ ਜਾ ਰਹੀ ਹੈ ਔਰ ਮੁੱਖ ਮੰਤਰੀ ਵੱਲੋਂ ਅੱਜ 144 ਜਿਹੜੀਆਂ ਗੱਡੀਆਂ ਤਿਆਰ ਕੀਤੀਆਂ ਗਈਆਂ ਨੇ ਉਹਨਾਂ ਨੂੰ ਰਵਾਨਾ ਕੀਤਾ ਜਾਏਗਾ ਔਰ ਜਿਹੜੀਆਂ ਇਹ ਗੱਡੀਆਂ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਕਸਬਿਆਂ ਦੇ ਵਿੱਚ ਤੁਹਾਨੂੰ ਸੜਕ ਦੇ ਉੱਤੇ ਘੁੰਮਦੀਆਂ ਹੋਈਆਂ ਹੁਣ ਨਜ਼ਰ ਆਉਣਗੀਆਂ ਕੈਮਰਾਮੈਨ ਹਨੀਸ਼ਕਪਰ ਦੇ ਨਾਲ Rajiv Sharma News Team ਜਲੰਧਰ